ਤੁਹਾਨੂੰ ਦਿਖਾ ਰਹੇ ਹਾਂ ਮਤਬਖ ਦੀ ਟਾਇਲ, ਜਿਹਨੂੰ ਆਪਣੀ ਜ਼ਬਾਨ ਵਿੱਚ ਕਹਿੰਦੇ ਕਿਚਨ ਦੀ ਟਾਇਲ ਲਗਾਉਣ ਲੱਗੇ ਹਾਂ। ਇਹ ਜੀ ਕਿਚਨ ਅਕਸਰ ਦੋਸਤ ਦੇਖਦੇ ਹੋਣੇ ਆ ਕਿ ਬਲਾਕਾਂ 'ਤੇ ਡਾਇਰੈਕਟ ਟਾਇਲ ਲਾਉਂਦੇ ਆ। ਦੋਸਤੋ ਸਾਊਦੀ ਅਰਬ ਦੇ ਵਿੱਚ ਬਲਾਕਾਂ 'ਤੇ ਡਾਇਰੈਕਟ ਹੀ ਟਾਇਲ ਲੱਗਦੀ ਹੈ, ਬਹੁਤ ਘੱਟ ਪਲਸਤਰ ਕਰਾਉਂਦੇ ਆ। ਇਹ ਥੱਲੇ ਅਸੀਂ ਮੱਟੀ ਸੱਟੀ ਹੈ, ਇਹਨੂੰ ਕੰਧਾਂ ਦੇ ਨਾਲ ਸਿੱਧੀ ਕਰਕੇ ਇਹਦੇ ਉੱਤੇ ਟਾਇਲ ਲਾ ਦੇਣੀ, ਬਸ ਕੋਈ ਗਿੱਧਾ ਕੋਈ ਫੱਟੀ ਨਹੀਂ ਥੱਲੇ ਲਗਾਉਣੀ। ਇਹ ਦੇਖ ਸਕਦੇ ਹੋ ਮਤਬਖ ਮੁਕੰਮਲ ਛੱਤ ਤੱਕ ਲਗਾਉਣਾ ਜੀ, ਅਤੇ ਇਨਸ਼ਾਅੱਲਾ ਅਸੀਂ ਇਹ 1.5 ਦਿਨ ਦੇ ਵਿੱਚ 60 ਮੀਟਰ ਤਕਰੀਬਨ 220 ਫੁੱਟ ਬਣਦੇ ਇਹ ਅਸੀਂ ਮੁਕੰਮਲ ਲਗਾ ਦਿਆਂਗੇ ਇਨਸ਼ਾਅੱਲਾ। ਅਤੇ ਫਿਰ ਇਨਸ਼ਾਅੱਲਾ ਆਪਣੇ ਵੀਰਾਂ ਭਰਾਵਾਂ ਨੂੰ ਦਿਖਾਵਾਂਗੇ ਵੀ ਲੱਗਿਆ ਹੋਇਆ ਟਾਇਲ ਦਾ। ਟਾਇਲ ਵੀ ਵੱਡੀ ਆ, 60x30 ਦੀ, 60 ਸੈਂਟੀ ਲੰਬੀ ਆ ਅਤੇ 30 ਸੈਂਟੀ ਚੌੜੀ ਆ। ਦੋਸਤੋ ਵੀਡੀਓ ਸਾਡੀ ਅਗਰ ਅੱਛੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਜਿਨ੍ਹਾਂ ਦੋਸਤਾਂ ਨੂੰ ਸਾਡੀ ਵੀਡੀਓ ਅੱਛੀ ਨਾ ਲੱਗੇ ਤਾਂ ਉਹ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਜ਼ਮੀ, ਤਾਂ ਕਿ ਸਾਡੀ ਵੀਡੀਓ ਦਾ ਨੋਟੀਫਿਕੇਸ਼ਨ ਉਹਨਾਂ ਤੱਕ ਵੀ ਪਹੁੰਚੇ, ਕਦੀ ਤਾਂ ਉਹਨਾਂ ਨੂੰ ਅੱਛੀ ਲੱਗੇਗੀ ਨਾ ਸਾਡੀ ਵੀਡੀਓ। ਦੇਖ ਸਕਦੇ ਹੋ ਦੋਸਤੋ ਹੁਣ ਅਸੀਂ ਚਾਲ ਚਲਾਉਣ ਲੱਗੇ ਹਾਂ ਇਹਦੀ। ਇਹ ਦੀਵਾਰਾਂ ਦੇ ਨਾਲ ਅਸੀਂ ਮਿੱਟੀ ਸੁੱਟ ਲਈ ਹੈ, ਜਿਹਨੂੰ ਬੱਥਾ ਕਹਿੰਦੇ ਅਰਬੀ ਦੇ ਵਿੱਚ। ਇਹ ਅਸੀਂ ਸੁੱਟ ਲਿਆ ਦੇਖੋ ਸਾਰੀਆਂ ਦੀਵਾਰਾਂ ਦੇ ਨਾਲ। ਅਤੇ ਇਹ ਦੇਖੋ ਇਹ ਬਾਹਰਲਾ ਦਰਵਾਜ਼ਾ ਆ ਜੀ, ਇਹ ਦੇਖੋ ਇਹ ਹੁਣ ਅਸੀਂ ਮਤਬਖ ਦੇ ਵਿੱਚ ਵੜਨ ਲੱਗੇ ਹਾਂ ਅੰਦਰ। ਅਸੀਂ ਸਭ ਤੋਂ ਪਹਿਲੇ ਜਿਹੜੀ ਸਾਹਮਣੇ ਵਾਲੀ ਦੀਵਾਰ ਆ ਨਾ ਜਿਹੜੀ ਤੁਹਾਨੂੰ ਨਜ਼ਰ ਆ ਰਹੀ ਹੈ ਰੋਸ਼ਨੀ, ਇਹ ਖਿੜਕੀ ਆ, ਇਹ ਦੀਵਾਰ ਨੂੰ ਸਭ ਤੋਂ ਪਹਿਲੇ ਅਸੀਂ ਸਟਾਰਟ ਕਰਨਾ ਟਾਇਲ ਨੂੰ। ਇਸ ਤੋਂ ਬਾਅਦ ਅਸੀਂ ਇੱਧਰਲੀ ਦੀਵਾਰ ਹੈ ਜਿੱਧਰ ਮੇਰਾ ਕੈਮਰਾ ਤੁਹਾਨੂੰ ਦਿਖਾ ਰਿਹਾ, ਇਸ ਦੀਵਾਰ ਤੋਂ ਐਵੇਂ ਪਿੱਛੇ ਨੂੰ ਵਾਪਸ ਆ ਜਾਣਾ ਵਾ। ਉਸ ਤੋਂ ਬਾਅਦ ਜੀ ਅਸੀਂ ਉਹ ਜਿਹੜੀ ਸਾਹਮਣੇ ਦੀਵਾਰ ਜਿੱਥੇ ਕੱਪੜਾ ਟੰਗਿਆ ਉਸ ਤੋਂ ਅਸੀਂ ਪਿੱਛੇ ਨੂੰ ਆ ਜਾਣਾ। ਉਸ ਤੋਂ ਬਾਅਦ ਅਸੀਂ ਇਹ ਦੀਵਾਰ ਨੂੰ ਦਰਵਾਜ਼ੇ ਵਾਲੀ ਨੂੰ ਲਗਾਉਣੀਆਂ ਟਾਇਲਾਂ। ਸਭ ਤੋਂ ਪਹਿਲੇ ਸਟਾਰਟਿੰਗ ਇਹ ਸਾਹਮਣੇ ਵਾਲੀ ਦੀਵਾਰ ਤੋਂ ਕਰਨੀ ਹੈ, ਦਰਵਾਜ਼ੇ ਤੋਂ ਸਾਹਮਣੇ ਦੀਵਾਰ ਜਿਹੜੀ ਹੈ ਉਹਨੂੰ ਸਟਾਰਟਿੰਗ ਕਰਨਾ ਸਭ ਤੋਂ ਪਹਿਲੇ। ਠੀਕ ਹੋ ਗਿਆ ਜੀ, ਦੇਖਦੇ ਰਿਹਾ ਕਰੋ ਸਾਡੀ ਵੀਡੀਓ, ਸਾਰੀ ਵੀਡੀਓ ਦੇਖਿਆ ਕਰੋ ਸਾਡੀ, ਤਾਂ ਕਿ ਭਰਾਵਾਂ ਨੂੰ ਕੁਛ ਤਲੀਮ। ਸਭ ਤੋਂ ਪਹਿਲੇ ਦੋਸਤੋ ਇਹ ਤੁਹਾਨੂੰ ਅਸੀਂ ਇੱਕ ਅਹਿਮ ਚੀਜ਼ ਦਿਖਾਉਣਾ ਚਾਹੁੰਦੇ ਹਾਂ। ਇਹ ਦੇਖ ਸਕਦੇ ਹੋ ਕੋਰਨਰ ਦੇ ਵਿੱਚ ਅਸੀਂ ਟਾਇਲ ਲਾਈ ਆ, ਇਹਨੂੰ ਥੋੜ੍ਹਾ ਜਿਹਾ 2 ਸੈਂਟੀ ਹਟਾ ਕੇ ਲਾਇਆ ਤਾਂ ਕਿ ਦੂਸਰੀ ਟਾਇਲ ਇਸ ਦੇ ਸਾਹਮਣੇ ਲੱਗ ਸਕੇ, ਅਤੇ ਫਿਰ ਤੁਸੀਂ ਇਹ ਉੱਪਰ ਨੂੰ ਜਾਓਗੇ ਤਾਂ ਕਿ ਬਲਾਕ ਕੋਈ ਅੰਦਰ ਹੁੰਦੇ ਕੋਈ ਬਾਹਰ ਹੁੰਦੇ, ਤਾਂ ਕਿ ਤੁਹਾਨੂੰ ਟਾਇਲ ਨਾ ਰਗੜਨੀ ਪਵੇ ਕੋਰਨਰ ਦੇ ਵਿੱਚ। ਥੋੜ੍ਹੀ ਜਿਹੀ ਟਾਇਲ ਹਟਾ ਕੇ ਲਾਉਣੀ ਹੈ ਕੋਰਨਰ ਦੇ ਵਿੱਚ। ਤੁਹਾਨੂੰ ਅਗਰ ਸਾਰੀਆਂ ਟਾਇਲਾਂ ਕੋਰਨਰ 'ਚ ਉੱਤੇ ਜਾ ਕੇ ਦੀਵਾਰਾਂ ਵਿੰਗੀਆਂ ਚਿੱਬੀਆਂ ਹੁੰਦੀਆਂ ਕੱਟਣੀਆਂ ਪੈ ਗਈਆਂ ਟਾਇਲਾਂ, ਤਾਂ ਫਿਰ ਤੁਹਾਡਾ ਜ਼ਿਆਦਾ ਟਾਈਮ ਜ਼ਾਇਆ ਹੋਏਗਾ।